ਸਾਡੇ ਨਾਲ ਸਿੱਧੂ ਮੂਸੇ ਵਾਲਾ ਗੱਲਬਾਤ ਕਰਨਗੇ। ਤੁਸੀਂ ਉਹਨਾਂ ਦੇ ਗੀਤ ਸੁਣਦੇ ਰਹੇ ਹੋ, ਅੱਜ ਉਹਨਾਂ ਨਾਲ ਗੱਲਾਂ ਬਾਤਾਂ ਵੀ ਚੱਲਣਗੀਆਂ। ਇਹ ਮੁੰਡਾ ਜਿਹੜਾ ਨੌਜਵਾਨ ਮੁੰਡਾ 26 ਸਾਲ ਦਾ, 6 ਫੁੱਟ ਲੰਬਾ, ਇਸ ਨੇ ਆ ਕੇ ਮਿਊਜ਼ਿਕ ਇੰਡਸਟਰੀ ਦੇ ਵਿੱਚ ਵਾਕਿਆ ਜਿਸ ਤਰ੍ਹਾਂ ਇਹਨਾਂ ਦੇ ਗੀਤ ਦੇ ਵਿੱਚ ਵੀ ਹੈ, ਬਹੁਤ ਸਾਰੇ ਜਿਹੜੇ ਸਥਾਪਿਤ ਗਾਉਣ ਵਾਲੇ ਸਨ ਉਹਨਾਂ ਨੂੰ ਵੀ ਇਹਨਾਂ ਨੇ ਝੰਜੋੜ ਦਿੱਤਾ ਹੈ। ਔਰ ਜਿਸ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਅੱਜ ਇੰਟਰਨੈੱਟ ਦਾ ਜ਼ਮਾਨਾ ਔਰ ਇਹਨਾਂ ਦੇ ਗੀਤ ਬਹੁਤ ਪਾਪੂਲਰ ਹੋਏ ਨੇ ਸੰਸਾਰ ਭਰ ਦੇ ਵਿੱਚ। ਸਿੱਧੂ ਮੂਸੇਵਾਲਾ, ਸਿੱਧੂ ਮੂਸੇਵਾਲੇ ਜੀ, ਜੀ ਆਇਆਂ ਨੂੰ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਵੈਲਕਮ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਬਾਈ ਜੀ, ਪਹਿਲਾਂ ਤਾਂ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਮੈਨੂੰ ਪਤਾ ਤੁਸੀਂ ਬਹੁਤ ਬਿਜ਼ੀ ਹੋ, ਵੀਡੀਓਜ਼ ਵਗੈਰਾ ਤੁਹਾਡੀਆਂ ਬਣ ਰਹੀਆਂ ਨੇ, ਤੁਹਾਡੀ ਜਿਹੜੀ ਪ੍ਰਾਪਤੀਆਂ ਨੇ, ਤੁਹਾਡੀ ਸਥਾਪਤੀ ਹੈ, ਉਸ ਦੀ ਵਜ੍ਹਾ ਕਰਕੇ ਅਸੀਂ ਤੁਹਾਨੂੰ ਸੱਦਿਆ। ਮੈਨੂੰ ਬਹੁਤ ਸਾਰੇ ਲੋਕ ਦੱਸਦੇ ਵੀ ਤੁਸੀਂ ਸਟੂਡੈਂਟ ਹੋ ਇੱਥੇ। ਹਾਂਜੀ ਭਾਈ, ਪਹਿਲਾਂ ਤਾਂ ਬਹੁਤ ਬਹੁਤ ਧੰਨਵਾਦ ਤੁਹਾਡਾ ਇੱਥੇ ਇਨਵਾਈਟ ਕਰਨ ਲਈ, ਇੰਨੇ ਲੋਕਾਂ ਦੇ ਸਨਮੁੱਖ ਕਰਨ ਲਈ, ਅਤੇ ਬਹੁਤ ਬਹੁਤ ਸ਼ੁਕਰੀਆ ਅਦਾ ਕਰਦਾ ਤੁਹਾਡਾ। ਥੈਂਕ ਯੂ। ਅਤੇ ਦੂਜੀ ਗੱਲ ਸੀਗੀ ਜੀ, ਹਾਂਜੀ ਮੈਂ ਸਟੂਡੈਂਟ ਆਇਆ ਸੀਗਾ, ਹੁਣ ਮੇਰਾ ਸਟੱਡੀ ਵਾਲਾ ਪਾਰਟ ਪੂਰਾ ਹੋ ਚੁੱਕਿਆ, ਅਤੇ ਹੁਣ ਆਪਾਂ ਹੁਣ ਵਰਕ 'ਤੇ ਹੋ ਗਏ ਹਾਂ, ਸਾਰਾ ਕੁਛ ਹਾਂਜੀ ਹਾਂਜੀ ਫਾਈਨਲ ਕਰ ਲਏ। ਓਕੇ ਹੋ ਗਏ ਜੀ। ਹਾਂਜੀ ਹਾਂਜੀ। ਅਤੇ ਗਾਉਂਦੇ ਤੁਸੀਂ ਪਹਿਲਾਂ ਵੀ ਸੀ ਉੱਥੇ? ਹਾਂਜੀ ਭਾਈ, ਗਾਉਂਦਾ ਤਾਂ ਜੀ ਮੈਂ, ਯਾਨੀ ਕਿ ਫਰੋਮ ਮਾਈ, ਯਾਨੀ ਕਿ ਚਾਈਲਡਹੁੱਡ ਤੋਂ ਗਾਉਂਦਾ ਜੀ ਮੈਂ, ਅਤੇ 5th class 'ਚ ਸਟਾਰਟ ਕੀਤਾ ਸੀ ਗਾਉਣਾ, ਅਤੇ ਉਦੋਂ ਬਾਅਦ ਬਸ ਇੱਦਾਂ ਹੀ ਸਫ਼ਰ ਚੱਲਦਾ ਰਿਹਾ, ਸਕੂਲ, ਸਕੂਲ ਤੋਂ ਕਾਲਜ, ਕਾਲਜ ਤੋਂ ਬਾਅਦ ਬਸ ਇੱਥੇ, ਯਾਨੀ ਕਿ ਕੌਂਟੀ ਮੇਰੀ ਲਾਈਫ ਦਾ ਪਾਰਟ ਹੀ ਰਿਹਾ ਜੀ ਇੱਕ ਤਰ੍ਹਾਂ ਦਾ ਸਿੰਗਿੰਗ, ਅਤੇ ਜਿੰਨੇ ਕੁ ਜੋਗਾ ਸੀ ਮੈਂ ਗਾਈ ਜਾਂਦਾ ਜੀ ਸ਼ੁਰੂ ਤੋਂ। ਵੈਰੀ ਗੁੱਡ। ਲਿਖਦੇ ਵੀ ਤੁਸੀਂ ਆਪ ਹੋ? ਹਾਂਜੀ ਹਾਂਜੀ, ਲਿਖਦਾ ਵੀ ਮੈਂ, ਪਹਿਲਾਂ ਗਾਉਂਦਾ ਸੀਗਾ, ਉਹ ਤੋਂ ਬਾਅਦ ਲਿਖਣ ਲੱਗਿਆ, ਅਤੇ ਵਧੀਆ ਚੱਲ ਰਿਹਾ ਜੀ ਹੁਣ ਤੱਕ। ਅੱਛਾ ਬਾਈ ਜੀ, ਪਿੰਡ ਤੁਹਾਡਾ ਕਿੱਥੇ ਗਾ? ਮੋਗੇ ਕੋਲੇ ਪਿੰਡ? ਨਹੀਂ ਜੀ, ਮੇਰਾ ਜ਼ਿਲ੍ਹਾ ਮਾਨਸਾ ਜੀ। ਅੱਛਾ। ਪਿੰਡ ਮੂਸਾ ਜੀ, ਆਪਾਂ ਮਾਨਸਾ ਤੋਂ ਦਮਦਮਾ ਸਾਹਿਬ ਵੱਲ ਜਾਂਦੇ ਹਾਂ ਤਾਂ ਰਸਤੇ 'ਚ ਪੈਂਦਾ ਜੀ। ਅੱਛਾ। ਹਾਂਜੀ, ਨੀਅਰ ਬਾਏ ਹੈਗਾ ਮਾਨਸਾ ਦੇ, ਮਾਨਸਾ ਦੇ ਨਾਲ। ਹਾਂਜੀ ਹਾਂਜੀ। ਅਤੇ ਫਿਰ ਜਦੋਂ ਇੱਥੇ ਆਏ ਸਟੂਡੈਂਟ ਤੌਰ 'ਤੇ, ਹਾਂਜੀ ਹਾਂਜੀ, ਇੱਥੇ ਉਹੀ ਗੀਤ ਜਿਹੜੇ ਤੁਸੀਂ ਪਹਿਲਾਂ ਗਾਉਂਦੇ ਸੀ ਗਾਉਣੇ ਸ਼ੁਰੂ ਕਰ ਦਿੱਤੇ? ਨਹੀਂ ਭਾਜੀ, ਇੱਦਾਂ ਨਹੀਂ ਸੀਗਾ ਕੁਛ ਵੀ, ਯਾਨੀ ਕਿ ਮੈਂ ਪ੍ਰੋਫੈਸ਼ਨਲੀ ਨਹੀਂ ਸੀ ਕੁਛ ਵੀ ਕਰਦਾ, ਹੈ ਨਾ, ਇਹ ਮੇਰਾ ਸ਼ੌਂਕ ਆ ਨਾ, ਮੈਨੂੰ ਨਹੀਂ ਪਤਾ ਲੱਗਿਆ ਖੁਦ ਨੂੰ ਵੀ ਇਹ ਸ਼ੌਂਕ ਕਦੋਂ ਪ੍ਰੋਫੈਸ਼ਨ 'ਚ ਤਬਦੀਲ ਹੋ ਗਿਆ। ਐਕਚੁਲੀ ਮੇਰੀ ਇਹ ਪਰਸਨਲ ਸੈਟਿਸਫੈਕਸ਼ਨ ਸੀ ਵੀ ਮੈਂ ਗਾਣੇ ਪਹਿਲਾਂ ਵੀ ਕਰ ਰਿਹਾ ਸੀਗਾ, ਅਤੇ ਇੱਥੇ ਆ ਕੇ ਵੀ ਹਾਂ ਮੇਰਾ ਚੱਲੀ ਗਿਆ, ਜੋ ਵੀ ਮੇਰਾ ਇੰਟਰਸਟ ਸੀਗਾ, ਯਾਨੀ ਕਿ ਇੱਕ ਇਹੋ ਜਿਹੀ ਚੀਜ਼ ਸੀਗੀ ਜਿਹੜੀ ਜਿਹਦੇ ਨਾਲ ਮੈਨੂੰ ਸੈਟਿਸਫੈਕਸ਼ਨ ਮਿਲਦੀ ਸੀ, ਕਿਉਂਕਿ ਕਿਸੇ ਦਾ ਵੀ ਕੋਈ ਵਿਹਲਾ ਟਾਈਮ ਹੁੰਦਾ, ਕੋਈ ਕਿਸੇ ਨੂੰ ਖੇਡਣਾ ਪਸੰਦ ਹੈ, ਕਿਸੇ ਨੂੰ ਫੋਨ 'ਤੇ ਗੱਲ ਕਰਨੀ, ਮੈਨੂੰ ਗਾਉਣਾ ਪਸੰਦ ਸੀਗਾ, ਮੈਂ ਆਪਣਾ ਹੌਲੀ ਹੌਲੀ ਵਰਕਆਊਟ ਕਰਦਾ ਰਹਿੰਦਾ ਸੀਗਾ, ਅਤੇ ਉਹ ਵਰਕਆਊਟ ਹੀ ਸਾਰਿਆਂ ਨੂੰ ਪਸੰਦ ਆਏ ਹੁਣ ਮੈਂ, ਪਰ ਉਹ ਯਾਨੀ ਕਿ ਫੀਲਡ, ਮੇਨ ਫੀਲਡ 'ਚ ਆਉਣ ਲਈ ਨਹੀਂ ਸੀ ਕੀਤਾ ਉਹ ਮੇਰਾ, ਯਾਨੀ ਕਿ ਖੁਦ ਆਪਣੇ ਲਈ ਕਰਦਾ ਹੁੰਦਾ ਸੀਗਾ ਵੀ ਮੈਨੂੰ ਵਧੀਆ ਲੱਗਦਾ ਸੀ। ਹੁਣ ਮੈਂ ਦੇਖਿਆ ਵੀ ਜਿਸ ਤਰਜ 'ਤੇ ਤੁਸੀਂ ਗਾਉਂਦੇ ਹੋ, ਉਹ ਕੋਈ ਹੋਰ ਮੁੰਡੇ ਵੀ ਤੁਹਾਡੀ ਰੀਸ ਕਰਨ ਲੱਗੇ ਨੇ, ਲੇਕਿਨ ਸਭ ਤੋਂ ਵਧੀਆ ਗੱਲ ਮੈਨੂੰ ਤੁਹਾਡੀ ਇਹ ਲੱਗਦੀ ਆ ਕਿ ਤੁਸੀਂ ਆਪਦੇ ਕ੍ਰਿਟਿਕ ਆਪ ਵੀ ਹੋ, ਆਪਦੀ ਨੁਕਤਾ ਚੁਣੀ ਆਪ ਵੀ ਕਰ ਲੈਂਦੇ ਹੋ ਕਿ ਐਵੇਂ ਸਾਲਾ ਗਾਈ ਜਾਂਦਾ, ਇੱਕੋ ਤਰਕ 'ਤੇ ਗਾਈ ਜਾਂਦਾ, ਤੁਸੀਂ ਆਪਣੇ ਗੀਤ ਦੇ ਵਿੱਚ ਹੀ ਆਪਣੇ ਬਾਰੇ ਵੀ ਜਿਹੜਾ ਅਨੈਲਿਸਿਸ ਕਰਦੇ ਹੋ ਉਹ ਬੜਾ ਓਨੈਸਟ ਅਤੇ ਬੜਾ ਸਿੱਧਾ ਸਾਦਾ, ਬਹੁਤ ਹੀ ਇਮਾਨਦਾਰੀ ਵਾਲਾ, ਇਸ ਗੱਲ ਕਰਕੇ ਚੰਗੀ ਲੱਗੀ ਮੈਨੂੰ ਗੱਲ ਤੁਹਾਡੀ। ਐਕਚੁਲੀ ਭਾਅ ਜੀ, ਗੱਲ ਇੱਦਾਂ ਵੀ ਅੱਜ ਕੱਲ੍ਹ ਨਹੀਂ, ਮੈਂ ਕਹਿੰਦਾ ਵੀ ਮੋਸਟ ਆਫ ਦੀ ਜਿਹੜੇ ਆਪਾਂ ਗਾਉਂਦੇ ਹਾਂ ਗਾਣੇ, ਆਪਾਂ ਸਿਰਫ ਪੈਸੇ ਵਾਸਤੇ ਗਾਉਂਦੇ ਹਾਂ। ਐਕਚੁਅਲ ਦੇ ਵਿੱਚ ਜਿਹੜਾ ਤੁਸੀਂ ਹੁਣ ਗਾਣੇ ਦੀ ਵੀ ਗੱਲ ਕਰ ਰਹੇ ਹੋ, ਇਹ ਮੇਰੀ ਪੜਾਅ ਸੀ, ਇਹ ਗਾਣਾ ਨਹੀਂ ਸੀਗਾ ਅਸਲ 'ਚ, ਕਿਉਂਕਿ ਮੇਰਾ ਹੁਣ ਮੈਂ, ਮੇਰਾ ਵਿਜ਼ਨ ਇੱਦਾਂ ਦਾ ਹੈ ਨਾ, ਮੇਰੀ ਪੋਜੀਸ਼ਨ ਇੱਦਾਂ ਦੀ ਹੈ, ਮੈਂ ਹਰੇਕ ਦਾ ਇਕੱਲੀ ਇਕੱਲੀ ਗੱਲ ਦਾ ਜਵਾਬ ਨਹੀਂ ਦੇ ਸਕਦਾ, ਅਤੇ ਨਾ ਹੀ ਕੋਈ ਇੱਦਾਂ ਆਪਾਂ ਕਰ ਸਕਦੇ ਹਾਂ ਵੀ ਆਪਾਂ ਸਾਰੀਆਂ ਇਕੱਲੀ ਇਕੱਲੀ ਵੀ ਆਪਾਂ ਹਰੇਕ ਨਾਲ ਇਹ ਕਹੀਏ ਵੀ ਨਹੀਂ ਮੈਂ ਹੈ ਨਾ, ਮੇਰੇ ਕੋਲ ਮੇਰਾ ਕੰਮ ਹੀ ਹੈ ਜਿਹਦੇ ਜ਼ਰੀਏ ਮੈਂ ਕਿਸੇ ਨੂੰ ਆਪਣੀ ਐਕਸਪਲੇਨੇਸ਼ਨ ਦੇ ਸਕਦਾ ਵੀ ਬਾਈ ਇੱਥੇ ਮੰਨਦੇ ਹੋ ਤੁਸੀਂ ਵੀ ਤੁਸੀਂ ਵੀ ਸਹੀ ਹੋ, ਠੀਕ ਹੈ, ਪਰ ਇੱਥੇ ਆਹ ਗੱਲ ਨਹੀਂ, ਇੱਥੇ ਆਹ ਚੀਜ਼ ਆ। ਹੁਣ ਜੇ ਮੈਂ ਉਹ ਵਿਜ਼ਨ ਨੂੰ ਮੂੰਹੋਂ ਬੋਲ ਕੇ ਕਰਾਂ ਤਾਂ ਸ਼ਾਇਦ ਮੈਂ ਗਲਤ ਹੁੰਦਾ, ਜੇ ਮੈਂ ਉਹੀ ਚੀਜ਼ ਦਾ ਜਵਾਬ ਸਹੀ ਤਰੀਕੇ ਨਾਲ ਆਪਣੇ ਕੰਮ ਨਾਲ ਦਿੰਦਾ ਤਾਂ ਮੈਨੂੰ ਲੱਗਦਾ ਵੀ ਸਾਰਾ ਕੁਛ ਪੈਸੇ ਵਾਸਤੇ ਨਹੀਂ ਹੁੰਦਾ, ਕੁਛ ਪਰਸਨਲ ਸੈਟਿਸਫੈਕਸ਼ਨ, ਹਾਂ ਮੈਨੂੰ ਉਹ ਗਾਣਾ ਕਰਕੇ ਮੈਨੂੰ, ਮੈਂ ਨਾ ਕਿ ਉਹ ਨਾ ਉਹ ਪੈਸੇ ਵਾਸਤੇ ਕੀਤਾ ਸੀ, ਨਾ ਵਾਧੂ ਚੜ੍ਹਾਈ ਕਰਾਉਣ ਵਾਸਤੇ, ਹਾਂ ਮੇਰੇ ਮਨ ਦੇ ਵਿੱਚ ਸੀਗੀ ਗੱਲ ਵੀ ਮੈਂ ਸੁਣ ਰਿਹਾ ਸੀ, ਕਿਉਂਕਿ ਮੈਂ ਪਿਛਲੇ 5-6 ਮਹੀਨਿਆਂ ਤੋਂ ਮੈਂ ਸੁਣ ਰਿਹਾ ਸੀ ਆਪਣੇ ਬਾਰੇ ਗੱਲਾਂ, ਅਤੇ ਜਿਹੜੀਆਂ ਮੈਨੂੰ ਆਪ ਨੂੰ ਨਹੀਂ ਸੀ ਪਤਾ ਵੀ ਇਹ ਐਂ ਕਰਦਾ ਜੀ, ਉਹ ਐਂ ਕਰਦਾ ਜੀ, ਫਿਰ ਮੈਂ ਗਾਣਾ ਮੈਂ ਕੋਈ ਹੋਰ ਕਰਨਾ ਸੀਗਾ, ਫਿਰ ਮੈਂ ਉਹ ਗਾਣਾ ਡਰੋਪ ਕਰਕੇ ਇਹ ਗਾਣਾ ਕੀਤਾ ਜੀ, ਅਤੇ ਸਾਰਿਆਂ ਨੂੰ ਵਧੀਆ ਲੱਗਿਆ ਜੀ ਉਸ ਚੀਜ਼ 'ਚੋਂ, ਸਾਰੀਆਂ ਗੱਲਾਂ ਤੁਸੀਂ ਸੁਣੀ ਹੋਈਆਂ ਵੀ ਇੱਕੋ ਤਰ 'ਚ ਗਾਈ ਜਾਂਦਾ, ਉਹ ਲੋਕਾਂ ਦੇ, ਇਹ ਅਸਲ 'ਚ ਗਾਣੇ ਨਹੀਂ ਹੈ, ਲੋਕਾਂ ਦੇ ਕਮੈਂਟ ਨੇ ਜੀ ਜਿਹੜੇ ਮੈਂ ਯੂਟਿਊਬ ਤੋਂ ਪੜ੍ਹੇ, ਜਿਹੜੇ ਲੋਕਾਂ ਮੈਨੂੰ ਸੁਣਨ 'ਚ ਆਏ ਵੀ ਬਾਈ ਤੂੰ ਆਇਆ ਤੂੰ ਆਇਆ, ਹੈ ਨਾ, ਮੈਂ ਕੋਸ਼ਿਸ਼ ਕੀਤੀ ਵੀ ਹੈ ਨਾ ਵੀ ਕਿਸੇ ਹੱਦ ਤੱਕ ਵੀ ਉਹਨਾਂ ਨੂੰ ਸਮਝਾਉਣ ਦੀ ਵੀ ਬਾਈ ਮੈਂ ਇੱਥੇ ਸਹੀ ਹਾਂ ਨਾ,
ਜਾਂ ਤੁਸੀਂ ਜੇ ਤੁਹਾਡਾ ਆਹ ਪੁਆਇੰਟ ਆ ਤਾਂ ਮੇਰਾ ਆਹ ਪੁਆਇੰਟ, ਜਸਟ ਆਪਣੇ ਲੋਕਾਂ ਅੱਗੇ ਵਿਚਾਰ ਰੱਖੇ ਨੇ ਅਤੇ ਉਹ ਸਾਰਿਆਂ ਨੂੰ ਪਸੰਦ ਆਏ। ਬਾਵਜੂਦ ਇਸ ਗੱਲ ਦੇ ਵੀ ਇਸ 'ਤੇ ਇਤਰਾਜ਼ ਵੀ ਹੁੰਦਾ ਰਿਹਾ ਕਿ ਜੱਟਾਂ ਦੇ ਗਾਣੇ ਚੱਲੀ ਜਾਂਦੇ ਆ, ਜੱਟਾਂ ਨੂੰ ਆਹ ਹੁੰਦਾ, ਤੁਸੀਂ ਵੀ ਗਾਣਾ ਗਾਇਆ, ਬਾਕੀ ਗਾਉਣ ਵਾਲਿਆਂ ਨੇ, ਮੇਰਾ ਖਿਆਲ ਕੋਈ ਗਾਉਣ ਵਾਲਾ ਇਹੋ ਜਿਹਾ ਹੋਊਗਾ, ਹਾਂਜੀ, ਉਹ ਭਾਵੇਂ ਜੱਟ ਹੋਵੇ ਜਾਂ ਨਾ ਹੋਵੇ, ਹਾਂਜੀ ਹਾਂਜੀ, ਜੱਟਾਂ ਦੇ ਗਾਣੇ ਜ਼ਰੂਰ ਗਾਏ ਉਹਨੇ, ਔਰ ਬੜੇ ਬੜੇ ਜਿਹੜੇ ਨਾਮਵਰ ਸਿੰਗਰ ਨੇ, ਸਥਾਪਿਤ ਸਿੰਗਰ ਨੇ, ਉਹਨਾਂ ਸਭ ਨੇ ਗਾਇਆ, ਪਰ ਜਿਹੜਾ ਤੁਸੀਂ ਜੱਟਾਂ ਦਾ ਗਾਣਾ ਗਾਇਆ ਉਹ 'ਚ ਮੇਰਾ ਖਿਆਲ ਰੰਗ ਉਹਦਾ ਬਿਲਕੁਲ ਵੱਖਰਾ ਹੈ। ਇਹਦੇ ਦੋ ਬੋਲ ਜ਼ਰੂਰ ਸਾਨੂੰ ਸੁਣਾਓ। ਜੱਟਾਂ ਵਾਲੇ ਗਾਣੇ ਜੀ ਕੋਈ ਵੀ ਸੁਣਾ ਦਿੰਦਾ ਜੀ, ਇਹੀ ਗਾਣਾ ਸੁਣਾਓ। ਮੈਂ ਜੱਟ ਵਾਲੇ ਤਾਂ ਦੋ ਤਿੰਨ ਨੇ ਜੀ ਮੇਰੇ ਨੂੰ। ਅੱਛਾ ਜੀ, ਹਾਂਜੀ, ਚਲੋ ਤੁਸੀਂ ਆਪਣੀ ਮਰਜ਼ੀ ਨਾਲ ਸੁਣਾਓ, ਕੋਈ ਵੀ ਸੁਣਾ ਦਿਆ ਜੀ, ਆਪਣਾ ਪਰਸਨਲ ਫੇਵਰੇਟ ਸੁਣਾ ਦਿਆ ਜੀ, ਬਿਲਕੁਲ, ਹਾਂਜੀ ਸੁਣਾ ਦਿਓ। ਹੋ ਬਾਪੂ ਮੇਰਾ ਕਹਿੰਦਾ ਹੁੰਦਾ ਗੱਲ ਇੱਕ ਨੀ, ਉਂਝ ਇਹ ਲੋਕ ਨਾ ਕਿਸੇ ਦੇ ਮਿੱਤ ਨੀ, ਬਾਪੂ ਮੇਰਾ ਕਹਿੰਦਾ ਹੁੰਦਾ ਗੱਲ ਇੱਕ ਨੀ, ਉਂਝ ਇਹ ਲੋਕ ਨਾ ਕਿਸੇ ਦੇ ਮਿੱਤ ਨੀ, ਹੋਣਾ ਚਾਹੀਦਾ ਇਹ ਖੂਨ ਵਿੱਚ ਜਜ਼ਬਾ, ਕੋਈ ਚੀਜ਼ ਔਖੀ ਨਹੀਂ ਉਹ ਇੱਥੇ ਜਿੱਤਣੀ, ਸੱਚੇ ਦਿਲੋਂ ਸਭ ਦੀ ਸਪੋਰਟ ਕਰੀਏ ਨਾ ਕਦੇ ਗਲਤ ਵਿਉਂਤਾ ਬੁਣੀਆਂ, ਹੋ ਕਰੀ ਦੀ ਨੀ ਕੇਰ ਪੂਰੀ ਬਾਬੇ ਦੀ ਆ, ਮੇਰ ਜੱਟ ਜੁੱਤੀ ਥੱਲੇ ਰੱਖੇ ਦੁਨੀਆਂ। ਵਾਹ ਵਾਹ ਵਾਹ, ਕਿਆ ਬਾਤ ਹੈ। ਅੱਛਾ, ਜਿਹੜੀ ਤੁਹਾਡੀ ਵੈਸੇ ਪਰਸਨਲ ਜ਼ਿੰਦਗੀ ਉਹ ਕੀ ਹੈ ਹੁਣ, ਸਟੂਡੈਂਟ ਲਾਈਫ ਤਾਂ ਖਤਮ ਹੋ ਗਈ ਤੁਹਾਡੀ? ਹਾਂਜੀ ਹਾਂਜੀ। ਗੀਤ ਲਿਖਦੇ ਹੋ ਅਤੇ ਗਾਉਂਦੇ ਹੋ? ਮਿਊਜ਼ਿਕ ਹੈ ਜੀ ਹੁਣ ਦਾ, ਯਾਨੀ ਕਿ ਜੇ ਆਪਾਂ ਕਹੀਏ ਲਾਈਫ ਦਾ 80% ਤਾਂ ਮਿਊਜ਼ਿਕ ਹੀ ਰਹਿ ਗਿਆ ਜੀ ਹੁਣ, ਕੰਮ ਵੀ ਇਹੀ ਹੋ ਗਿਆ, ਸ਼ੌਂਕ ਵੀ ਇਹੀ ਹੋ ਗਿਆ। ਅੱਛਾ, ਫਿਰ ਜਿਹੜੀ ਇਹ ਇੱਕ ਪਰਟੀਕੁਲਰ ਤਰਜ਼ ਹੈ, ਹਾਂਜੀ ਭਾਅ ਜੀ, ਇਸ ਦੇ ਉੱਤੇ ਕਿਉਂ ਗਾਉਂਦੇ ਹੋ? ਤੁਹਾਨੂੰ ਚੰਗਾ ਲੱਗਦਾ ਜਾਂ? ਨਹੀਂ 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 ਭਾਅ ਜੀ, ਤਰਜ਼ ਦਾ ਮਤਲਬ ਮੈਂ ਯਾਨੀ ਕਿ ਜਿਹੜੀ ਚੀਜ਼ ਕਹੀ ਹੈ ਨਾ, ਮੇਰਾ ਗਾਣਾ ਆਇਆ ਪਹਿਲਾਂ ਉੱਚੀਆਂ ਗੱਲਾਂ, ਉਦੋਂ ਬਾਅਦ ਇਸਾ ਜੱਟ ਆਇਆ, ਕਈ ਜਾਣੇ ਨੂੰ ਇੱਦਾਂ ਲੱਗੇ ਵੀ ਸੇਮ ਸੇਮ ਗਾਣੇ ਆ ਰਹੇ ਹਨ, ਵੀ ਉਹ ਤਰਜ਼ ਨਹੀਂ ਹੈਗੇ ਉਹ, ਯਾਨੀ ਕਿ ਆਪਾਂ ਸਟਾਈਲ ਕਹਿ ਸਕਦੇ ਹਾਂ ਨਾ। ਕੰਪੋਜੀਸ਼ਨਸ ਤਾਂ ਮੈਂ ਕੋਸ਼ਿਸ਼ ਕਰਦਾ ਹੁੰਦਾ, ਮੈਂ ਹਰੇਕ ਦੀ ਚੇਂਜ, ਮੇ ਬੀ ਕਈ ਵਾਰੀ ਮੈਂ ਨਹੀਂ ਕਹਿੰਦਾ ਵੀ ਮੈਂ ਸਾਰਾ ਕੁਝ ਸਹੀ ਕੀਤਾ, ਮੇ ਬੀ ਕਿਤੇ ਕਮੀਆਂ ਰਹੀਆਂ ਹੋਣਗੀਆਂ, ਗਲਤੀਆਂ ਰਹੀਆਂ ਹੋਣਗੀਆਂ, ਪਰ ਹਾਂ ਮੈਂ ਇਹ ਆ ਵੀ ਮੈਂ ਉਹ ਕੋਸ਼ਿਸ਼ ਕਰਦਾ ਸੁਧਾਰਨ ਦੀ। ਸੇਮ ਤਰਜ਼ ਨਹੀਂ ਉਹ, ਮੈਂ ਪੜ੍ਹਿਆ ਸੀ ਵੀ ਬਾਈ ਕੰਪੋਜੀਸ਼ਨ ਸੇਮ ਆ, ਫਿਰ ਮੈਂ ਉਹ ਚੀਜ਼ ਦੱਸਿਆ ਵੀ ਬਾਈ ਵੀ ਥੋਟਸ ਦੀ ਕੋਈ ਕੰਪੋਜੀਸ਼ਨ ਨਹੀਂ ਹੁੰਦੀ, ਥੋਟਸ ਡਿਫਰੈਂਟ ਹੁੰਦੇ ਨੇ, ਕੰਪੋਜੀਸ਼ਨ ਸੇਮ ਹੋਵੇ ਜਾਂ ਕੋਈ ਫਰਕ ਨਹੀਂ ਪੈਂਦਾ, ਥੋਟਸ ਅਲੱਗ ਹੋਣੇ ਚਾਹੀਦੇ ਨੇ। ਜਦੋਂ ਗਜ਼ਲ ਤੋਂ ਪਿੱਛੋਂ ਖੁੱਲੀ ਕਵਿਤਾ ਆਈ, ਹਾਂਜੀ ਹਾਂਜੀ, ਪ੍ਰਿੰਸੀਪਲ ਤਖਤ ਸਿੰਘ ਹੋਰੀ, ਦੀਪਕ ਜਤੋਈ ਹੋਰੀ, ਗਜ਼ਲ ਗੋ ਵੱਡੇ ਵੱਡੇ, ਉਹਨਾਂ ਮੁੰਡਿਆਂ ਦਾ ਮਖੌਲ ਉਡਾਉਣ ਲੱਗੇ, ਕਹਿੰਦੇ ਇਹ ਕੀ ਕਰਦੇ ਨੇ। ਹਾਂਜੀ ਹਾਂਜੀ, ਬਾਅਦ ਚ ਖੁੱਲੀ ਕਵਿਤਾ ਇੰਨੀ ਚੱਲੀ, ਤੁਹਾਨੂੰ ਪਤਾ ਹੀ ਹੈ, ਸਾਰੇ ਲੋਕ ਖੁੱਲੀ ਕਵਿਤਾ ਪਸੰਦ ਕਰਨ ਲੱਗੇ, ਕਿਉਂਕਿ ਕੁਝ ਜਜ਼ਬੇ ਐਕਸਪ੍ਰੈਸ ਕਰਨੇ ਸੌਖੇ ਸੀ। ਹਾਂਜੀ ਹਾਂ, ਮੈਨੂੰ ਲੱਗਦਾ ਵੀ ਤੁਸੀਂ ਆਪਣੇ ਜਜ਼ਬਿਆਂ ਦਾ ਪ੍ਰਗਟਾਓ ਇਹਨਾਂ ਗੱਲਾਂ ਦੀ ਜਗ੍ਹਾ ਕਰਦੇ, ਤੇ ਮਿਊਜ਼ਿਕ ਕੌਣ ਦਿੰਦਾ ਫਿਰ ਤੁਹਾਡਾ? ਮਿਊਜ਼ਿਕ ਭਾਜੀ ਸਾਰੀ ਮੈਂ ਜਿਹੜੇ ਜਿਹਨਾਂ ਨਾਲ ਕੰਮ ਕਰਦੇ ਹਾਂ, ਬਿਗ ਬਰਡ ਹੋ ਗਿਆ ਜੀ, ਇੰਟੈਂਸ ਹੋ ਗਿਆ, ਆਪਣਾ ਗੇਮ ਚੇਂਜਰ ਹੋ ਗਿਆ ਜੀ, ਸਾਰਿਆਂ ਨਾਲ ਹੀ ਕੰਮ ਕਰ ਲਈਦਾ ਜੀ, ਜੋ ਵਧੀਆ ਕਰਦਾ ਜੀ, ਜਿਹਨਾਂ ਨਾਲ ਕੰਮ ਕਰਕੇ ਵਧੀਆ ਲੱਗਦਾ, ਸਾਰਿਆਂ ਨਾਲ ਹੀ ਕਰ ਲਈਦਾ ਜੋ ਵਧੀਆ ਕਰਦਾ, ਆਪਣਾ ਕੋਈ ਪਾਰਟੀਕੁਲਰ ਨਹੀਂ ਵੀ ਉਹਦੇ ਨਾਲ ਕਰਨਾ, ਉਹਦਾ ਨਾਮ ਵੱਡਾ ਤਾਂ ਉਹਦੇ ਨਾਲ ਕਰਨਾ, ਮੇਰਾ ਤਾਂ ਸ਼ੁਰੂ ਤੋਂ ਇਹ ਰਿਹਾ ਜਿਹਦੇ ਨਾਲ ਵਧੀਆ ਆਪਾਂ ਨੂੰ ਲੱਗਦਾ ਵੀ ਕੋਈ ਨਵਾਂ ਵੀ ਆਪਾਂ ਉਹਦੇ ਨਾਲ, ਕਿਉਂਕਿ ਮੈਂ ਵੀ ਨਵਾਂ ਹੀ ਹਾਂ ਜੀ, ਆਪਣਾ ਉਹ ਵੀ ਹੈਂਕੜੀ ਵਾਲਾ ਕੰਮ ਨਹੀਂ ਵੀ ਉਹ ਵਧੀਆ ਕਰਦਾ ਤਾਂ ਉਹਦੇ ਨਾਲ ਕਰਨਾ, ਵੀ ਉਹਦਾ ਬੜਾ ਵੱਡਾ ਨਾਂ ਉਹਦੇ ਨਾਲ ਕਰਨਾ, ਆਪਣਾ ਇਹ ਹੁੰਦਾ ਵੀ ਵਧੀਆ ਹੋਵੇ ਹੈ ਨਾ ਜੀ, ਭਲਾ ਨਵਾਂ ਚਾਹੇ ਚੰਗਾ, ਨਵਾਂ ਚਾਹੇ ਪੁਰਾਣਾ ਹੈ ਨਾ, ਕਿਸੇ ਨਾਲ ਵੀ ਕਰ ਲਈਦਾ। ਪਰ ਹੁਣ ਤਾਂ ਤੁਹਾਡੀ ਜਿਹੜੀ ਗਿਣਤੀ ਆ, ਹਾਂਜੀ ਹਾਂਜੀ, ਉਹ ਜਿਹੜੇ ਉੱਚ ਪੱਧਰੇ ਗਾਇਕ ਨੇ ਜਾਂ ਕਲਾਕਾਰ ਨੇ ਉਹਨਾਂ 'ਚ ਹੋਣ ਲੱਗ ਪਈ ਆ, ਕਿਉਂਕਿ ਤੁਹਾਡੀ ਆਡੀਅੰਸ ਬਹੁਤ ਵੱਧ ਗਈ ਆ। ਹਾਂਜੀ ਹਾਂਜੀ ਭਾਅ ਜੀ, ਪਰ ਮੈਨੂੰ ਲੱਗਦਾ ਕਿ ਹਾਲੇ ਤੁਸੀਂ ਪੈਰ ਭੂਰ ਨਹੀਂ ਛੱਡੇ, ਔਰ ਨਾ ਹੀ ਮੈਨੂੰ ਲੱਗਦਾ ਤੁਹਾਡੇ 'ਚ ਕੋਈ ਉਸ ਤਰ੍ਹਾਂ ਦੀ ਆਕੜ ਆਈ ਆ ਕਿ ਕਾਲਾ ਚਸ਼ਮਾ ਲਾ ਕੇ ਸਟੂਡੀਓ 'ਚ ਆਉਂਦੇ ਆ, ਇੱਥੇ ਅੰਦਰ ਵੀ ਕਾਲਾ ਚਸ਼ਮਾ ਲਾਈ ਰੱਖਦੇ ਆ, ਇਸ ਤਰ੍ਹਾਂ ਦੇ ਗਾਉਣ ਵਾਲੇ ਵੀ ਹੈਗੇ ਆ, ਪਰ ਹਾਲੇ ਤੁਸੀਂ ਕਾਲਾ ਚਸ਼ਮਾ ਨਹੀਂ ਲਾਉਣ ਲੱਗੇ। ਕਾਲਾ ਚਸ਼ਮਾ ਲਾਈ ਨਹੀਂ ਜੀ ਮੈਂ ਸਾਰੀ ਜ਼ਿੰਦਗੀ 'ਤੇ, 24 ਸਾਲਾਂ ਦਾ ਹੋ ਗਿਆ, ਕਦੀ ਨਹੀਂ ਲਾਇਆ। ਸਿੱਧੂ ਬਾਈ ਜੀ ਸੁਣਾਓ ਕੋਈ ਗਾਣਾ ਹੋਰ ਜਿਹੜਾ ਨਵਾਂ ਤੁਸੀਂ ਕੰਮ ਕਰ ਰਹੇ ਹੋ, ਮੈਨੂੰ ਪਤਾ ਲੱਗਿਆ ਕਿ ਇੱਥੇ ਤੁਸੀਂ ਕਈ ਵੀਡੀਓਜ਼ ਵਗੈਰਾ ਬਣਾਈਆਂ ਨੇ, ਕਈ ਨਵੇਂ ਗੀਤ ਆਏ ਨੇ, ਹੁਣ ਤਾਂ ਉਹ ਤੁਹਾਡੇ ਨਾਂ 'ਤੇ ਰਿਕਾਰਡ ਹੋ ਚੁੱਕੇ ਨੇ, ਚੋਰੀ ਨਹੀਂ ਹੋ ਸਕਦੇ? ਹਾਂਜੀ ਹਾਂਜੀ ਭਾਅ ਜੀ, ਨਵੇਂ ਤਾਂ ਹੁਣ ਤੁਹਾਨੂੰ ਮੈਂ ਸਰਪ੍ਰਾਈਜ਼ ਹੀ ਦੇਊਂਗਾ ਜੀ, ਕਿਉਂਕਿ ਇਹ ਥੋੜ੍ਹੇ ਦਿਨ ਹੀ ਰਹਿ ਗਏ ਜੀ। ਅਤੇ ਉੱਥੇ ਕਦੋਂ ਰਿਲੀਜ਼ ਹੋਣੇ ਆ? ਰਿਲੀਜ਼ ਭਾਅ ਜੀ ਮੇ ਬੀ ਬਸ ਸੈਕਿੰਡ ਵੀਕ ਆਫ ਫੈਬਰੀ ਕਰ ਦੇਂਗੇ ਜੀ ਰਿਲੀਜ਼, ਅਤੇ ਬਾਕੀ ਸਾਰੇ ਪ੍ਰੋਜੈਕਟ ਤਿਆਰ ਹੀ ਹੈ ਜੀ, ਹੁਣ ਤਾਂ ਵਧੀਆ ਯਾਨੀ ਕਿ ਲਾਈਨ ਅਪ ਕੀਤਾ ਹੋਇਆ ਸਾਰਾ ਕੁਛ, ਅਤੇ ਕੁਛ ਕਲਾਣਾ ਸੁਣਾ ਦਿੰਦਾ ਜੀ। ਜੀ ਇਰਸ਼ਾਦ। ਹੋ ਕਈ ਕਹਿੰਦੇ ਮੇਰਾ ਨਾਮ ਬੜਾ, ਕਈਆਂ ਲਈ ਗੁਮਨਾਮ ਬੜਾ, ਕਈਆਂ ਲਈ ਮਸ਼ਹੂਰ ਹਾਂ ਮੈਂ, ਕਈਆਂ ਲਈ ਬਦਨਾਮ ਬੜਾ, ਕਈ ਆਪਣੇ ਫਾਇਦੇ ਲਈ ਮੈਨੂੰ ਜਿਉਂਦੇ ਜੀ ਜਾਂਦੇ ਲਾਸ਼ ਕਰੀ, ਇਹ ਦੁਨੀਆ ਕਰਦੀ ਸਾੜਾ ਨੀ, ਕਿੰਨਾ ਚੰਗਾ ਕਿੰਨਾ ਮਾੜਾ ਨੀ, ਖੁਦ ਮਿਲ ਕੇ ਦੇਖ ਲੈ ਹਾੜਾ ਨੀ, ਨਾ ਲੋਕਾਂ ਤੇ ਵਿਸ਼ਵਾਸ ਕਰੀ। ਵਾਹ 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 ਵਾਹ। ਸੋ ਇਹ ਗੀਤ ਮੈਨੂੰ ਦੂਜੇ ਗੀਤਾਂ ਨੂੰ ਕੋਈ ਵੱਖਰੇ ਨਹੀਂ ਲੱਗਦੇ,
ਤੁਹਾਡੀ ਨੁਕਤੇਚੀਨੀ ਆਮ ਇਹ ਹੋ ਰਹੀ ਹੈ ਜਿਨ੍ਹਾਂ ਨੂੰ ਮੈਂ ਦੱਸਿਆ ਵੀ ਮੈਂ ਤਾਂ ਮੂਸੇ ਵਾਲੇ ਨਾਲ ਗੱਲਬਾਤ ਕਰਨੀ ਆ ਔਰ ਮੈਨੂੰ ਚੰਗਾ ਲੱਗਦਾ ਉਹ ਮੁੰਡਾ। ਉਹ ਕਹਿੰਦੇ ਵੀ ਉਹ ਤਾਂ ਗੈਂਗਸਟਰ ਬਣਾ ਦਿੰਦਾ ਬੰਦੇ ਨੂੰ, ਉਹ ਤਾਂ ਬਹੁਤ ਵਾਇਲੈਂਟ ਗਾਉਂਦਾ। ਮੈਂ ਫਿਰ ਮੈਂ ਗਾਣੇ ਤੇ ਦੇਖੇ ਆ, ਮੈਂ ਤਾਂ ਉਹਦੇ ਹੱਥ 'ਚ ਕਦੇ ਫਾਇਰ ਕਰਦਾ ਨਹੀਂ ਦੇਖਿਆ, ਮੈਂ ਕਦੇ ਉਹ ਕਿਸੇ ਮਾਰ ਕਟਾਈ ਵਾਲੀ ਨਹੀਂ ਦੇਖੀ ਕੋਈ ਗੱਲਬਾਤ ਹਾਲੇ ਤੱਕ ਤਾਂ। ਸ਼ਬਦਾਂ ਦੇ ਵਿੱਚ ਜ਼ਰੂਰ ਤੁਹਾਡੇ 'ਚ ਕਈ ਵਾਰੀ ਹਥਿਆਰਾਂ ਦਾ ਨਾਂ ਆਉਂਦਾ, ਮੇਰਾ ਖਿਆਲ ਵੀ ਜ਼ਰੂਰੀ ਨਹੀਂ ਹੈਗਾ ਵੀ ਹੁਣ ਮੇਰੀ ਸਾਰੀ ਔਡੀਅੰਸ ਨਾ ਜੀ ਮੇਜਰ ਪਾਰਟ ਹੈਗਾ ਲੋਕ ਪਸੰਦ ਕਰਨ ਵਾਲੇ। ਹੁਣ ਮੈਂ ਇਹ ਕਿਸੇ ਬੰਦੇ ਦੇ ਵੀ ਇੱਦਾਂ ਦਾ ਕੋਈ ਕੰਮ ਨਹੀਂ ਹੈਗਾ ਵੀ ਜਿਹਨੂੰ ਸਾਰੇ ਪਸੰਦ ਕਰਨ। ਮੇ ਬੀ ਕਈ ਜੇ ਉਹਨਾਂ ਨੂੰ ਕੁਛ ਲੱਗਿਆ ਹੋਣਾ ਉਹਨਾਂ ਨੇ ਤਾਂ ਕਿਹਾ ਹੋਣਾ ਨਾ ਵੀ ਇਹ ਵਾਇਲੈਂਟ ਆ। ਪਰ ਹਾਂ ਚਲੋ ਮੰਨਦਾ ਜੀ ਮੈਂ, ਚਲੋ ਤੁਸੀਂ ਤੁਸੀਂ ਕਹਿੰਦੇ ਹੋ, ਆਪਾਂ ਇਹ ਨਹੀਂ ਕਹਿੰਦੇ ਵੀ ਬਈ ਮੈਂ ਸਹੀ ਹਾਂ ਵੀ ਤੁਸੀਂ ਗਲਤ ਹੋ, ਠੀਕ ਹੈ ਡੱਬ 'ਚ ਗਲੋਕ ਰੱਖਦਾ ਤੁਸੀਂ। ਹਾਂਜੀ 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 ਕਿਹਾ ਆਪਾਂ ਤਾਂ ਕੋਈ ਉਹ ਤਾਂ ਜਮਨ ਸਹੀ ਗੱਲ ਆ ਆਪਾਂ ਕਿਹਾ ਹੜਾ। ਪਰ ਹਾਂ ਵੀ ਚਲੋ ਠੀਕ ਆ ਤੁਸੀਂ ਨੈਗੇਟਿਵ ਸਾਈਡ ਦੇਖ ਲਈ ਹਨਾ, ਪਰ ਉਹ ਤਾਂ ਜਿਉਣੇ ਮੋੜ ਦੇ ਵਿੱਚ ਰਫਲ ਰੱਖਦਾ ਨਹੀਂ। ਹਾਂਜੀ ਉਹ ਚੱਲਦਾ ਹੈ, ਸਾਰਾ ਕੁਝ ਚੱਲਦਾ ਹੈ। ਮਾਨਕ ਸਾਹਿਬ ਨੇ ਆਪਾਂ ਤਾਂ ਜੀ ਕਹਿੰਦੇ ਵੀ ਤੁਸੀਂ ਸਹੀ ਹੋ, ਆਪਾਂ ਉਹ ਵੀ ਨਹੀਂ ਐਗਜ਼ਾਮਪਲ ਦਿੰਦੇ ਜੀ ਪਹਿਲਾਂ ਚੱਲਦਾ ਹੈ ਓਕੇ ਸਾਰਾ ਕੁਝ, ਆਪਾਂ ਕਹਿੰਦੇ ਵੀ ਆਪਾਂ ਕੀਤਾ ਜੀ ਠੀਕ ਹੈ। ਠੀਕ ਆ ਤੁਸੀਂ ਮੇਰੀ ਨੈਗੇਟਿਵ ਸਾਈਡ ਦੇਖ ਲਈ ਜੀ, ਆਪਾਂ ਸਾਰਿਆਂ ਨਾਲ ਸਹਿਮਤ ਹਾਂ ਵੀ ਹਾਂ ਵੀ ਆਪਾਂ ਕਿਹਾ ਮੇਰੇ ਗਾਣੇ ਦੇ ਵਿੱਚ ਕਦੇ ਦਾਰੂ ਦੀ ਗੱਲ ਨਹੀਂ ਹੋਈ ਅਜੇ ਤੱਕ। ਕਦੇ ਕਿਸੇ ਨੇ ਦੇਖਿਆ ਨਹੀਂ ਦੇਖਿਆ ਮੇਰੇ ਗਾਣੇ ਦੇ ਵਿੱਚ ਕਦੇ ਨਗੇਜ ਨਹੀਂ ਆਇਆ, ਕਦੇ ਕੁੜੀ ਦੇ ਜਾਂ ਇੱਦਾਂ ਕੱਪੜੇ ਪਾ ਕੇ ਜਾਂ ਜੋ ਅੱਜ ਕੱਲ੍ਹ ਚੱਲ ਰਿਹਾ ਬਿਲਕੁਲ ਨਹੀਂ ਆਇਆ। ਕਦੇ ਕੋਈ ਮੇਰੇ ਗਾਣੇ ਦੇ ਵਿੱਚ ਇਹ ਨਹੀਂ ਹੋਇਆ ਵੀ ਫੀਮ ਖਾ ਕੇ ਫਲਾਨਾ ਧਮਕਾ ਦਾਰੂ ਪੀ ਕੇ ਲਲਕਾਰੇ ਮਾਰੇ, ਕਦੇ ਵੀ ਇੱਕ ਗਾਣੇ ਦੇ ਵਿੱਚ ਦੱਸ ਦਿਓ ਵੀ ਕਿਤੇ ਹੈਗਾ। ਹਾਂ ਤੇ ਉਹ ਸਾਰਾ ਕੁਛ ਹੋ ਰਿਹਾ ਆਸੇ ਪਾਸੇ ਸਭ ਕੁਛ ਤੁਸੀਂ ਦੇਖ ਰਹੇ ਹੋ ਜੀ, ਤਾਂ ਤੁਸੀਂ ਕਦੇ ਉਹ ਗੱਲ ਬਾਰੇ ਆਖਿਆ ਜੀ ਅੱਛਾ ਵੀ ਹਾਂ ਚਲੋ ਮੈਂ ਕਹਿਤਾ ਮੇਰੀ ਪੁਆਇੰਟ ਆਊਟ ਹੋ ਗਈ, ਚਲੋ ਮੈਂ ਤੁਹਾਡੀ ਰਿਸਪੈਕਟ ਕਰਦਾ। ਪਰ ਕਦੇ ਤੁਸੀਂ ਪੋਜ਼ਿਟਿਵ ਸਾਈਡ ਦੇਖੀ ਉਹਨਾਂ ਚੀਜ਼ਾਂ ਦੀ ਵੀ ਚੱਲ ਜੇ ਮੈਂ ਇੱਕ ਗੱਲ ਕਰਦਾ ਤਾਂ ਮੈਂ ਚਾਰ ਜਿਹੜੇ ਆਏ ਨੇ ਉਹ ਪਿੱਛੇ ਛੱਡ ਕੇ ਆਇਆ, ਮੈਂ ਨਸ਼ੇ ਦੀ ਗੱਲ ਨਹੀਂ ਕਰ ਰਿਹਾ, ਮੈਂ ਕੁੜੀਆਂ ਦੀ ਗੱਲ ਨਹੀਂ ਕਰ ਰਿਹਾ, ਜੋ ਵੀ ਮੈਂ ਕਰ ਰਿਹਾ ਮੈਂ ਆਪਣੇ ਜਾਇਜ਼ ਪੱਧਰ ਤੇ ਕਰ ਰਿਹਾ। ਚਲੋ ਜੇ ਤੁਹਾਨੂੰ ਇਹ ਵੀ ਲੱਗਦਾ ਮੈਂ ਕੋਸ਼ਿਸ਼ ਕਰੂੰਗਾ ਮੈਂ ਇਹ ਵੀ ਸੁਧਾਰ ਦੂੰਗਾ। ਬੰਦੇ ਦੀ ਤਾਂ ਜੀ ਮੇਰੀ ਤਾਂ ਲਾਈਫ, ਮੈਂ ਅਜੇ 23 ਸਾਲਾਂ ਦੀ ਉਮਰ ਹੈ ਮੇਰੀ, ਮੈਂ ਤਾਂ ਅਜੇ ਬਹੁਤ ਛੋਟਾ, ਲਾਈਫ ਸੁਧਰਨ ਨੂੰ ਪਈ ਹੈ, ਮੈਂ ਆਪਦੇ ਆਪ ਨੂੰ ਸੁਧਾਰ ਲੂੰਗਾ। ਮੈਂ ਨਹੀਂ ਕਹਿੰਦਾ ਮੈਂ ਨਹੀਂ ਕਰੂੰਗਾ ਜਾਂ ਮੇਰੇ ਤਾਂ ਜੀ ਗਾਣੇ ਲੋਕ ਤਾਂ, ਮੈਂ ਐਗਜ਼ਾਮਪਲਾਂ ਨਹੀਂ ਦਿੰਦਾ ਵੀ ਪਹਿਲਾਂ ਵੀ ਆਏ ਜੀ ਮੈਂ ਵੀ ਕਰ ਲਿਆ ਫਿਰ ਕੀ ਹੋ ਗਿਆ, ਮੈਂ ਨਹੀਂ ਕਹਿੰਦਾ ਹੈਗਾ, ਮੈਂ ਸੁਧਾਰੂੰਗਾ ਆਪਦੇ ਆਪ ਨੂੰ, ਹੌਲੀ ਹੌਲੀ ਸੁਧਰਦਾ ਜਾਊਂਗਾ। ਅਤੇ ਬੰਦੇ ਦੇ ਤਾਂ ਜੀ ਇਨਸਾਨ ਦੀ ਤਾਂ ਜ਼ਿੰਦਗੀ ਸੁਧਾਰ ਆਪਾਂ ਕਹਿੰਦੇ ਨਾ, ਲਾਈਫ ਨੂੰ ਸੁਧਾਰ ਨਾਮ ਦੇ ਸਕਦਾ। ਕੋਈ ਡਿਊਟ ਨਹੀਂ ਗਾਇਆ ਕਦੇ ਕਿਸੇ ਲੜਕੀ ਨਾਲ? ਨਹੀਂ ਗਾਉਣਾ ਸ਼ੁਰੂ ਕੀਤਾ, ਗਾਇਆ ਸੀਗਾ ਜੀ ਪਹਿਲਾਂ, ਪਹਿਲਾਂ ਗਾਣਾ ਡਿਊਟ ਹੀ ਸੀਗਾ ਮੇਰਾ ਗੁਰਦੇਵ ਦਫ਼ਤਰ ਨਾਲ ਸੀ। ਕਿਹੜਾ ਸੀ? ਉਹਦੇ 'ਤੇ ਕਾਫ਼ੀ ਰੌਲਾ ਪਿਆ। ਉਹ ਸੀਗਾ ਜਿੱਥੇ ਬੰਦਾ ਮਾਰ ਕੇ ਕਸੂਰ ਪੁੱਛਦੇ, ਉਹ ਗਾਣਾ ਸੀ, ਕਹਿੰਦਾ ਹਾਉ ਜਿੱਥੇ ਖੱਬੀ ਖਾਨੇ ਕਰਾਣੇ ਬਲੀਏ, ਹਾਉ ਬੈਲੀਆਂ ਦੇ ਵੱਡ ਖਾਣੇ ਲਾਣੇ ਬਲੀਏ, ਰੱਖ ਕਿਰਪਾਨਾਂ ਉੱਤੇ ਖਾਂਦੇ ਰੋਟੀਆਂ, ਉੱਥੋਂ ਦੇ ਨਿਆਣੇ ਕੀ ਸਿਆਣੇ ਬਲੀਏ, ਹਾਉ ਜੀ ਦੇ ਉੱਤੇ ਆਖੇ ਉਹ ਅਚੀਵ ਕਰਦੇ, ਅੜੀ ਦੀ ਗਵਾਹੀ ਸਾਰਾ ਜੱਗ ਭਰਦਾ, ਜਿੱਥੇ ਬੰਦਾ ਮਾਰ ਕੇ ਕਸੂਰ ਪੁੱਛਦੇ, ਜੱਟ ਉਸ ਪਿੰਡ ਤੋਂ ਬਿਲੋਂਗ ਕਰਦਾ। ਕਿਆ ਬਾਤ ਹੈ, ਥੋੜੀ ਪਰਵਰਿਸ਼ ਜਿਹੜੀ ਆ ਉਹ ਮਾਨਸਾ ਚ ਹੀ ਉਸੇ ਇਲਾਕੇ ਚ? ਮੇਰੇ ਪਿੰਡ ਹੀ ਹੋਈ ਹੈ ਜੀ, ਮੈਂ ਪਿੰਡ ਹੀ ਰਿਹਾ ਸ਼ੁਰੂ ਤੋਂ, ਤੇ ਆਫਟਰ ਦੈਟ 4 ਸਾਲ ਕਾਲਜ ਹੋਸਟਲ ਲਾਈਫ ਹੀ, ਤੇ ਉਹ ਤੋਂ ਬਾਅਦ ਹੁਣ ਇੱਥੇ ਹਾਂ ਜੀ। ਸੋ ਹੁਣ ਕੀ ਵਿਜ਼ਨ, ਕੀ ਫਿਊਚਰ ਕੀ ਆ ਤੁਸੀਂ, ਕਿਉਂਕਿ ਆਮ ਮੁੰਡੇ ਜਿਹੜੇ ਚੰਗੇ ਸਥਾਪਿਤ ਹੋ ਜਾਂਦੇ ਆ ਤੁਹਾਡੇ ਵਾਂਗ ਗਾਉਣ ਵਾਲੇ, ਹਾਂਜੀ ਹਾਂਜੀ, ਫਿਰ ਉਹ ਫਿਲਮਾਂ ਚਲੇ ਜਾਂਦੇ ਆ, ਵੀਡੀਓ ਤਾਂ ਤੁਸੀਂ ਕਰਦੇ ਹੀ ਕਰਦੇ ਹੋ, ਹਾਂਜੀ ਹਾਂਜੀ, ਹੁਣ ਤੁਹਾਡਾ ਹੋਰ ਕੀ ਐਕਸਪੈਰੀਮੈਂਟ ਕਰਕੇ ਦੇਖਣਾ ਚਾਹੁੰਦੇ? ਮੇਰੀ ਲਾਈਫ ਦਾ ਹਮੇਸ਼ਾ ਇੱਦਾਂ ਦਾ ਰਿਹਾ ਹਿਸਾਬ ਕਿਤਾਬ, ਮੈਂ ਕਦੇ ਕੁਛ ਸੋਚ ਕੇ ਨਹੀਂ ਕਰਦਾ ਕਦੇ ਵੀ। ਮੈਂ ਹੁਣ ਗਾਣੇ ਕਰਨ ਤਾਂ ਮੈਂ ਗਾਣੇ ਇਹ ਨਹੀਂ ਕਰ ਰਿਹਾ ਵੀ ਮੈਂ ਕੱਲ੍ਹ ਨੂੰ ਮੈਨੂੰ ਕੋਈ ਅਵਾਰਡ ਮਿਲੇ ਕਿਸੇ ਚੈਨਲ ਦਾ, ਅਤੇ ਮੇਰੀ ਕੋਸ਼ਿਸ਼ ਇਹੀ ਰਹੂਗੀ ਵੀ ਕਿਉਂਕਿ ਹੁਣ ਵੀ ਮੈਂ ਜਿੰਨਾ ਡਿਫਰੈਂਟ ਜਾ ਸਕਦਾ ਮੈਂ ਜਾ ਸਕਾਂ, ਚੱਲ ਜਦੋਂ ਤੱਕ ਮੈਂ ਫਲੋਪ ਨਹੀਂ ਹੁੰਦਾ, ਕੁਛ ਨਾ ਕੁਛ ਨਵਾਂ ਕਰਨ ਦੀ, ਕੁਛ ਨਾ ਕੁਛ ਨਵਾਂ ਕਰਨ ਦੀ। ਫਲੋਪ ਕਾਤੇ ਹੋਣਾ? ਹੋਊਂਗਾ ਜੀ, ਮੈਨੂੰ ਪਤਾ, ਕਿਉਂਕਿ ਇੱਕ ਟਾਈਮ ਹੁੰਦਾ ਜੀ ਹਰੇਕ ਦਾ, ਟਾਈਮ ਪੀਰੀਅਡ ਹੁੰਦਾ। ਹੁਣ ਜੇ ਆਪਾਂ ਇਹ ਕਹਾਂਗੇ ਮੈਂ ਸਾਰੀ ਜ਼ਿੰਦਗੀ ਚੱਲੇ ਜਾਊਂ, ਇਹ ਹੋ ਹੀ ਨਹੀਂ ਸਕਦਾ ਕਦੇ। ਮੇਰੇ ਵੀ ਸਾਲ ਹੈ, ਪਤਾ ਨਹੀਂ 6 ਮਹੀਨੇ ਹੈ ਜਾਂ 2 ਸਾਲ, ਉਹ ਵੱਧੋ ਵੱਧ 5 ਸਾਲ ਹੋ ਜਾਣ, ਇੱਕ ਟਾਈਮ ਆਉਣਾ ਵੀ ਜਿੱਥੇ ਜਾ ਕੇ ਮੈਂ ਕਿਸੇ ਨੂੰ ਰਿਪਲੇਸ ਕੀਤਾ, ਕਿਸੇ ਨੇ ਮੈਨੂੰ ਕਰਨਾ, ਇਹ ਹਮੇਸ਼ਾ ਆਪਣੇ ਦਿਮਾਗ 'ਚ ਹੀ ਹੁੰਦੀ ਹੈ ਨਾ ਜੀ। ਕੋਈ ਬੰਦਾ ਇੱਕ ਜੇ ਆਪਾਂ ਕਹਿੰਦੇ ਵੀ ਉਹ ਕਹਿੰਦੇ ਨਹੀਂ ਹੁੰਦੇ ਵੀ ਅਸਮਾਨ ਦੇ ਵਿੱਚ ਜਿਹੜੇ ਉੱਚਾ ਉੱਡਦੇ ਨੇ, ਅਸਮਾਨ ਦੇ ਵਿੱਚ ਆਪਾਂ ਆਲਣਾ ਨਹੀਂ ਹੁੰਦਾ, ਆਉਣਾ ਧਰਤੀ 'ਤੇ ਪੈਂਦਾ ਆਪਾਂ, ਉਹੀ ਚੀਜ਼ ਹੈ ਜੀ, ਕਦੇ ਨਾ ਕਦੇ ਧਰਤੀ 'ਤੇ ਆਉਣਾ ਪਊਗਾ, ਮੇਰੇ ਦਿਮਾਗ 'ਚ ਵੀ ਹੈਗੀ ਹੈ ਗੱਲ। ਪਰ ਹਾਂ ਟਿਲ ਉਦੋਂ ਤੱਕ ਮੈਂ ਜਿੰਨਾ ਕੁ ਮੇਰਾ ਟਾਈਮ ਹੈਗਾ ਮੈਂ ਜੋ ਅੱਜ ਕੱਲ੍ਹ ਚੱਲ ਰਿਹਾ, ਜੇ ਲੋਕ ਇੱਧਰ ਜਾ ਰਹੇ ਤਾਂ ਮੈਂ ਦੂਜੇ ਪਾਸੇ ਜਾਊਂਗਾ, ਓਪੋਜ਼ਿਟ। ਵੈਰੀ ਗੁੱਡ। ਦੂਸਰੀ ਗੱਲ, ਸਮਾਂ ਥੋੜ੍ਹਾ ਰਹਿ ਗਿਆ, ਗੱਲਾਂ ਬਾਤਾਂ ਤਾਂ ਹੋਰ ਬਹੁਤ ਕਰਨ ਵਾਲੀਆਂ ਨੇ, ਕੋਈ ਗੱਲ ਨਹੀਂ। ਅਖੀਰ ਤੁਸੀਂ ਆਪਣੇ ਫੈਨਸ ਨੂੰ ਕੀ ਕਹਿਣਾ ਚਾਹੁੰਦੇ ਹੋ? ਫੈਨਸ ਨੂੰ ਮੈਂ ਇਹੀ ਗੱਲ ਕਹਿਣਾ ਜੀ, ਫੈਨਸ ਤਾਂ ਚਲੋ ਸੁਣਦੇ ਨੇ ਸਾਰੇ, ਉਹਨਾਂ ਨੂੰ ਤਾਂ ਮੈਂ ਗਾਣਿਆਂ ਰਾਹੀਂ ਮੈਸੇਜ ਦਿੰਦਾ ਰਹਿਣਾ। ਜੇ ਦੂਜੀ ਗੱਲ, ਜਿਹੜੇ ਮੇਰੇ ਫੈਨ ਨਾਲੋਂ ਵੀ ਵੱਧ ਕੇ ਪਿਆਰ ਕਰਦੇ ਨੇ, ਫੈਨ ਨਾਲੋਂ ਵੱਧ ਕੇ ਪਿਆਰ ਕਿਉਂ ਕਰਦੇ ਨੇ, ਜੋ ਮੇਰੇ 'ਚ ਮੇਰੀਆਂ ਕਮੀਆਂ ਦੱਸਦੇ ਨੇ ਮੈਨੂੰ ਵੀ ਤੂੰ ਇੱਥੇ ਗਲਤ, ਤੂੰ ਇੱਥੇ ਗਲਤ, ਮੈਂ
ਹਾਂਜੀ ਬਾਈ, ਤੁਸੀਂ ਕਹਿੰਦੇ ਹੋ ਮੈਂ ਠੀਕ ਆ, ਮੈਂ ਬਹੁਤ ਛੋਟਾ ਤੁਹਾਡੇ ਨਾਲੋਂ, ਬਹੁਤ ਛੋਟਾ। ਜੇ ਤੁਸੀਂ ਕਿਸੇ ਲੈਵਲ 'ਤੇ ਜਾ ਕੇ ਮੇਰੇ 'ਚ ਕੋਈ ਉਂਗਲ ਕਰਦੇ ਮੇਰੇ ਬੰਨੀ, ਤਾਂ ਮੈਂ ਰਿਸਪੈਕਟ ਕਰਦਾ ਉਹ ਚੀਜ਼ ਦੀ। ਪਰ ਹਾਂ, ਜੇ ਤੁਹਾਨੂੰ ਕਿਤੇ ਜ਼ਿਆਦਾ ਇਹ ਲੱਗਦਾ ਵੀ ਸਿੱਧੂ ਇਹ ਕਰਦਾ ਸਿੱਧੂ ਉਹ ਕਰਦਾ, ਮੈਨੂੰ ਇੱਕ ਪੱਲੜੇ 'ਚ ਅਤੇ ਸਾਰਿਆਂ ਨੂੰ ਇੱਕ ਪਾਸੇ ਰੱਖ ਕੇ ਦੇਖ ਲਿਓ, ਜਿੱਥੇ ਜਿੱਥੇ ਤੁਹਾਨੂੰ ਕਮੀ ਹੋਊਗੀ ਮੈਂ ਮੰਨੂੰਗਾ। ਦੂਜੀ ਗੱਲ ਇਹ ਹੈ, ਜੇ ਤੁਹਾਨੂੰ ਕੁਛ ਮੇਰੇ ਤੋਂ ਗਲਤ, ਮੇਰੇ ਤੋਂ ਤੁਹਾਨੂੰ ਇਹ ਲੱਗ ਰਿਹਾ ਮੈਂ ਗਲਤ ਸਿਖਾ ਰਿਹਾ, ਜਸਟ ਇੰਨਾ ਕੁ ਚੈੱਕ ਕਰ ਲਓ ਵੀ ਮੈਂ ਕਿੱਥੋਂ ਆਇਆ, ਮੈਂ ਕੀ ਕਰ ਰਿਹਾ ਅਤੇ ਮੈਂ ਕਿੱਥੇ ਪਹੁੰਚਿਆ ਇਸ ਵਕਤ। ਜੇ ਤੁਹਾਨੂੰ ਉਹ ਗੱਲਾਂ ਮੇਰੀਆਂ ਬੁਰੀਆਂ ਲੱਗਦੀਆਂ, ਤਾਂ ਮੈਂ ਹੁਣ ਜਿਹੜੇ ਕਦੇ ਮੇਰਾ ਜਾ ਕੇ ਪਿੰਡ ਦੇਖ ਲਿਓ, ਜਿੱਥੇ ਬੱਸ ਤੱਕ ਨਹੀਂ ਸੀ ਆਉਂਦੀ, ਮੈਂ ਉਸ ਪਿੰਡ 'ਚੋਂ ਆਇਆ ਅਤੇ ਗਿਣਵੇਂ ਚੁਣਵੇਂ ਇੰਜੀਨੀਅਰ ਨੇ, ਗਿਣਵੇਂ ਚੁਣਵੇਂ ਫੌਜ 'ਚ ਭਰਤੀ ਨੇ, ਨੋਰਮਲ ਜੇ ਘਰ ਤੋਂ ਆਇਆ, ਮੇਰਾ ਘਰ ਦੇਖ ਲਿਓ ਜਾ ਕੇ। ਅਤੇ ਜੇ ਮੈਂ ਅੱਜ ਇੰਨੀ ਭੀੜ 'ਚੋਂ ਨਿਕਲ ਕੇ ਕਿਤੇ ਖੜਾਂਗਾ, ਤਾਂ ਮੈਂ ਤੁੱਕਾ ਨਹੀਂ ਲਾਇਆ ਜਾਂ ਮੈਂ ਕਿਸੇ ਨੂੰ ਗਾਲਾਂ ਕੱਢ ਕੇ ਨਹੀਂ ਆਇਆ, ਮੇਰਾ ਲੋਟ ਆਫ ਹਾਰਡ ਵਰਕ ਹੈ। ਜੇ ਤੁਸੀਂ ਮੇਰੀਆਂ ਉਹ ਤੁਹਾਨੂੰ ਗਲਤ ਗੱਲਾਂ ਲੱਗਦੀਆਂ, ਤਾਂ ਮੇਰੀ ਲਾਈਫ ਤੋਂ ਇੰਸਪਾਇਰ ਹੋ ਜਾਓ। ਜੇ ਮੇਰੀ ਲਾਈਫ ਤੁਹਾਨੂੰ ਚੰਗੀ ਲੱਗ ਰਹੀ ਵੀ ਹਾਂ ਇਹ ਬੰਦਾ ਜ਼ੀਰੋ ਤੋਂ ਅੱਜ ਕਿਸੇ ਪੁਆਇੰਟ 'ਤੇ ਫਿਗਰ ਆਊਟ ਹੋ ਰਿਹਾ, ਤਾਂ ਇਹ ਕਿਉਂ ਹੋ ਰਿਹਾ, ਇਹਦੇ ਕੀ ਰੀਜ਼ਨ ਸੀ, ਜੋ ਮੇਰੇ ਘਰਦੇ ਨੇ ਜਾ ਕੇ ਉੱਥੋਂ ਪੁੱਛੋ, ਮੇਰੇ ਪਿੰਡ ਤੋਂ ਜਾ ਕੇ ਪੁੱਛੋ, ਮੇਰੇ ਸਕੂਲ ਤੋਂ ਜਾ ਕੇ ਪੁੱਛੋ, ਮੈਂ ਕਿਵੇਂ ਕਿਵੇਂ ਕਿਹੜੇ ਪੜਾਵਾਂ 'ਚੋਂ ਲੰਘ ਕੇ ਆਇਆ। ਸ਼ਾਇਦ ਤੁਹਾਨੂੰ ਉੱਥੋਂ ਕਈ ਚੰਗੀਆਂ ਚੀਜ਼ਾਂ ਸਿੱਖਣ ਨੂੰ ਮਿਲ ਜਾਣਗੀਆਂ, ਜੇ ਤੁਹਾਨੂੰ ਗਾਣੇ ਚੰਗੇ ਨਹੀਂ ਲੱਗ ਰਹੇ। ਬਸ ਇੰਨੀ ਕੁ। ਬਾਈ ਮੂਸੇ ਵਾਲੇ, ਬਹੁਤ ਵਧੀਆ ਵਧੀਆ ਗੱਲਾਂ ਕੀਤੀਆਂ, ਥੈਂਕ ਯੂ ਵੈਰੀ ਮੱਚ ਫੋਰ ਕਮਿੰਗ। ਬਹੁਤ ਤੁਹਾਡੇ ਨਾਲ ਗੱਲਬਾਤ ਹੋਏਗੀ, ਬਹੁਤ ਧੰਨਵਾਦ ਜੀ, ਬਹੁਤ ਥੈਂਕ ਯੂ।